ਤਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਐਮ ਐਗਜ਼ਾਮ ਸਟੱਡੀ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤਾਂ ਹਾਂ ਜੀ ਦੋਸਤੋ ਪੰਜਾਬ ਵਿੱਚ 2 ਅਗਸਤ ਤੋਂ ਸਕੂਲ ਜਿਹੜੇ ਸੀ ਖੋਲ ਦਿੱਤੇ ਗਏ ਸੀ ਸਕੂਲਾਂ ਨੂੰ ਖੋਲਣ ਤੋਂ ਬਾਅਦ ਜਿਹੜੇ ਸਕੂਲਾਂ ਵਿੱਚ ਕਰੋਨਾ ਦੇ ਮਾਮਲੇ ਜਿਹੜੇ ਵਾਦੇ ਜਾ ਰਹੇ ਸੀ ਇਸ ਲਈ ਲੁਧਿਆਣੇ ਵਿੱਚ ਜਿਹੜੇ ਸਕੂਲ ਬੰਦ ਕਰ ਦਿੱਤੇ ਗਏ ਨੇ ਹਾਂ ਜੀ ਦੋਸਤੋ ਦੱਸਾਂਗੇ ਪੂਰੀ ਅਪਡੇਟ ਹੈ ਕਿ ਤੁਹਾਡਾ ਜਿਹੜਾ ਜ਼ਿਲ੍ਹਾ ਉਸ ਵਿੱਚ ਸਕੂਲ ਖੁੱਲਣਗੇ ਜਾਂ ਨਹੀਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱ प्रेस जरूर कर लेना चलो कर दें वीडियो शुरू क्या पढ़ाई में आपके आते हैं डाउट्स तो पाँच सेकंड में डाउटनट के साथ करो आउट बस अपने सवाल की फोटो खींचो और क्रॉप करो और तुरंत वीडियो सोल्यूशन पाओ फिर चाहे आपका सवाल फिजिक्स केमिस्ट्री मैथ बायोलॉजी का हो सीबीएसई सी बोर्ड यूपी बिहार मध्य प्रदेश राजस्थान या अन्य स्टेट बोर्ड का है यहाँ तक कि कक्षा छहवीं से बारहवीं आई टी टी और नीट का सवाल हो सभी सवालों के वीडियो सोल्यूशन बस पाँच सेकंड में आपको मिलेंगे ऐप पर इसके साथ ही doubtnet पर चल रही है एक दुनिया की नंबर वन डेली ऑनलाइन वीडियो क्लासेस वो भी इंग्लिश एंड हिंदी मीडियम में यहां पूरा कोर्स पढ़ाया जा रहा है तो आज ही जाकर इन कोर्स का हिस्सा बनिए और doubtnet ऐप इंस्टॉल कीजिए लुधियाना दे सरकारी स्कुलां दे 21 ਵਿਦਿਆਰਥੀ ਕਰੋਨਾ ਪੋਜ਼ਿਟਿਵ ਸਕੂਲ ਬੰਦ ਕਰਨ ਦੇ ਹੁਕਮ ਹਾਂਜੀ ਦੋਸਤੋ ਬਣੇ ਰਹੋ ਵੀਡੀਓ ਵਿੱਚ ਦੱਸ ਦਿਆਂ ਪੂਰੀ ਅਪਡੇਟ ਪੰਜਾਬ ਚ ਕਰੋਨਾ ਵਾਇਰਸ ਦੇ ਕੇਸ ਦੇ ਘਟਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਮੁੜ ਸਕੂਲ ਖੋਲਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਸਰਕਾਰ ਨੇ ਕਰੋਨਾ ਗਾਈਡਲਾਈਨਸ ਫੋਲੋ ਕਰਨ ਦੇ ਨਾਲ ਕੁਝ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਸੀ ਇਸ ਤੋਂ ਬਾਅਦ ਸਕੂਲਾਂ ਚ ਮੁੜ ਰੌਣਕ ਪਰ ਸਕੂਲ ਦੀ ਰੌਣਕ ਜਿਆਦਾ ਸਮਾਂ ਨਾ ਟਿਕ ਸਕੀ ਤੇ ਕਰੋਨਾ ਦੀ ਨਜ਼ਰ ਸਕੂਲਾਂ ਤੇ ਪੈ ਗਈ ਦੱਸਦੀ ਹੈ ਕਿ ਲੁਧਿਆਣਾ ਦੇ ਦੋ ਸਰਕਾਰੀ ਸਕੂਲਾਂ ਵਿੱਚ 21 ਵਿਦਿਆਰਥੀਆਂ ਦੇ ਕਰੋਨਾ ਪੋਜ਼ਿਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹਲਚਲ ਮਚ ਗਈ ਸਰਕਾਰ ਵੱਲੋਂ ਸਾਰੇ ਸਕੂਲ 26 ਜੁਲਾਈ ਤੋਂ ਖੋਲੇ ਗਏ ਹਨ ਇਸ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਵੱਲੋਂ ਸਕੂਲਾਂ ਵਿੱਚ ਰੋਜ਼ਾਨਾ ਟੈਸਟ ਕਰਾਉਣ ਦੀ ਗੱਲ ਕਹੀ ਗਈ ਹੈ ਇਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਦੇਵਾਲ ਨਿਊ ਸੁਭਾਸ਼ਨਗਰ ਵਿੱਚ 41 ਵਿਦਿਆਰਥੀਆਂ ਦੇ ਟੈਸਟ ਲਏ ਗਏ ਜਿਸ ਵਿੱਚ ਰੈਪਿਡ ਟੈਸਟ ਵਿੱਚੋਂ ਇੱਕ ਜਮਾਤ ਦੇ 8 ਵਿਦਿਆਰਥੀ ਪੋਜ਼ਿਟਿਵ ਆਏ ਇਸ ਦੇ ਨਾਲ ਹੀ ਸਰਕਾਰ ਹਾਈ ਸਕੂਲ ਨਗਰ ਕੈਲਾਸ਼ ਨਗਰ ਦੇ 13 ਵਿਦਿਆਰਥੀਆਂ ਵਿਦਿਆਰਥੀ ਪੋਜ਼ਿਟਿਵ ਪਾਏ ਗਏ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ 2200 ਵਿਦਿਆਰਥੀ ਹਨ ਇੱਥੇ 700 ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਹਨ ਇਸ ਦੇ ਨਾਲ ਹੀ ਨਰਸਰੀ ਤੋਂ 5ਵੀਂ ਜਮਾਤ ਤੱਕ 700 ਬੱਚੇ ਤੇ 6ਵੀਂ ਤੋਂ 10ਵੀਂ ਤੱਕ ਦੇ 500 ਬੱਚੇ ਕੈਲਾਸ਼ਨਗਰ ਹਾਈ ਸਕੂਲ ਵਿੱਚ ਪੜ੍ਹਦੇ ਹਨ ਵਿਦਿਆਰਥੀਆਂ ਦੇ ਪੋਜੀਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਨੇ ਸਕੂਲ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਮਹਾਂਮਾਰੀ ਵਿਗਿਆਨੀ ਡਾਕਟਰ ਰਮੇਸ਼ ਨੇ ਕਿਹਾ ਕਿ ਅਸੀਂ ਸਕੂਲ ਬੰਦ ਕਰਨ ਲਈ ਕਾਰਨ ਹੈ ਤੇ ਜਾਂਚ ਕਰ ਰਹੇ ਹਾਂ ਤਾਂ ਹਾਂ ਜੀ ਦੋਸਤੋ ਅੱਜ ਆ ਦੀ ਅਪਡੇਟ ਆਪਾਂ ਵੀਡੀਓ ਵਿੱਚ ਤੁਹਾਨੂੰ ਜਿਹੜੇ ਵੀ ਨਗਰਾਂ ਦੇ ਨਾਂ ਦੱਸੇ ਨੇ ਪਿੰਡਾਂ ਦੇ ਨਾਂ ਦੱਸੇ ਨੇ ਉੱਥੇ ਜਿਹੜੇ ਸਕੂਲ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਉੱਥੇ ਕਰੋਨਾ ਵਾਇਰਸ ਦੇ ਜਿਹੜੇ ਪੋਜ਼ਿਟਿਵ ਕੇਸ ਪਾਏ ਗਏ ਸੀ ਜੇਕਰ ਤੁਹਾਡੇ ਸਕੂਲ ਵਿੱਚ ਵੀ ਕਰੋਨਾ ਦੇ ਪੋਜ਼ਿਟਿਵ ਕੇਸ ਪਾਈ ਜਾਂਦੇ ਨੇ ਤਾਂ ਤੁਹਾਡੇ ਸਕੂਲ ਨੂੰ ਵੀ ਬੰਦ ਜਿਹੜਾ ਕੀਤਾ ਜਾ ਸਕਦਾ ਹੈ ਪਰੰਤੂ ਹਜੇ ਤੱਕ ਹੋਰ ਸਕੂਲਾਂ ਨੂੰ ਬੰਦ ਕਰਨ ਦੀ ਕੋਈ ਵੀ ਅਪਡੇਟ ਨਹੀਂ ਆਈ ਓਨਲੀ ਲੁਧਿਆਣਾ ਵਿੱਚ ਜਿਹੜੇ ਸਕੂਲ ਬੰਦ ਕੀਤੇ ਗਏ ਨੇ ਤਾਂ ਹਾਂ ਜੀ ਦੋਸਤੋ ਧੰਨਵਾਦ ਅੱਜ ਦੀ ਵੀਡੀਓ ਚੈਨੈਲ ਨਾਲ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ